ਵਿਜੇ ਸ਼ਰਮਾ ਬਣੇ ਸਰਬਸੰਮਤੀ ਨਾਲ ਬ੍ਰਾਹਮਣ ਸਭਾ ਦੀਨਾਨਗਰ ਦੇ ਪ੍ਰਧਾਨ। ਵਿਜੇ ਸ਼ਰਮਾ ਨੂੰ ਬ੍ਰਾਹਮਣ ਸਭਾ ਦੀਨਾਨਗਰ ਦਾ ਸਰਬਸੰਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ, ਜਦਕਿ ਡਿੰਪਲ ਖਜੂਰੀਆ ਨੂੰ ਜਨਰਲ ਸਕੱਤਰ ਚੁਣਿਆ ਗਿਆ ਹੈ। ਇਸ ਮੌਕੇ ਤੇ ਬ੍ਰਾਹਮਣ ਸਭਾ ਮੰਦਿਰ 'ਚ ਮੌਜੂਦ ਸਾਰੇ ਬ੍ਰਾਹਮਣ ਭਾਈਚਾਰੇ ਨੇ ਵਿਜੇ ਸ਼ਰਮਾ ਨੂੰ ਪ੍ਰਧਾਨ ਬਣਾਉਣ ਤੇ ਸਹਿਮਤੀ ਪ੍ਰਗਟਾਈ। ਵਿਜੇ ਸ਼ਰਮਾ ਦੇ ਪ੍ਰਧਾਨ ਬਣਨ ਕਾਰਨ ਸਮੂਹ ਬ੍ਰਾਹਮਣ ਵਰਗ 'ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਸ ਮੌਕੇ ਤੇ ਬ੍ਰਾਹਮਣ ਸਭਾ ਯੂਥ ਵਿੰਗ ਪੰਜਾਬ ਦੇ ਪ੍ਰਧਾਨ ਨਰਿੰਦਰ ਸ਼ਰਮਾ ਨੇ ਕਿਹਾ ਕਿ ਬ੍ਰਾਹਮਣ ਭਲਾਈ ਬੋਰਡ ਦੇ ਚੇਅਰਮੈਨ ਸ਼ੇਖਰ ਸ਼ੁਕਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਬ੍ਰਾਹਮਣ ਸਭਾ ਦੀਨਾਨਗਰ ਦੇ ਪ੍ਰਧਾਨ ਦੀ ਚੋਣ ਕੀਤੀ ਗਈ ਹੈ, ਜਿਸ ਵਿੱਚ ਵਿਜੇ ਸ਼ਰਮਾ ਨੂੰ ਪ੍ਰਧਾਨ ਅਤੇ ਡਿੰਪਲ ਖਜੂਰੀਆ ਨੂੰ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ। ਉਧਰ ਨਵੇਂ ਬਣੇ ਪ੍ਰਧਾਨ ਵਿਜੇ ਸ਼ਰਮਾ ਨੇ ਸਾਰੇ ਬ੍ਰਾਹਮਣ ਸਮਾਜ ਦਾ ਧੰਨਵਾਦ ਕੀਤਾ ਅਤੇ ਬ੍ਰਾਹਮਣ ਵਰਗ ਦੀ ਹਰ ਸਮੱਸਿਆ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ। ਭਾਈ ਕੀ ਅੱਜ ਤੁਸੀਂ ਜਿਹੜੀ ਚੋਣ ਕੀਤੀ ਹੈ ਕੀ ਕਹਿਣਾ ਚਾਹੁੰਦੇ ਇਹਦੇ ਬਾਰੇ? ਅੱਜ ਬ੍ਰਾਹਮਣ ਸਭਾ ਦੀਨਾਨਗਰ ਦੀ ਜਿਹੜੀ ਪਹਿਲਾਂ ਪ੍ਰਧਾਨਗੀ ਸ਼੍ਰੀ ਹਰੀਸ਼ ਸ਼ਰਮਾ ਜੀ ਕਰ ਰਹੇ ਸੀ, ਉਹਨਾਂ ਦਾ ਕਾਰਜਕਾਲ ਲਗਭਗ 1 ਸਾਲ ਪਹਿਲਾਂ ਜਿਹੜਾ ਖਤਮ ਹੋ ਚੁੱਕਿਆ ਸੀ। ਉਹਨਾਂ ਨੇ ਸਭਾ ਨੂੰ ਵਾਰ ਵਾਰ ਬੇਨਤੀ ਕੀਤੀ ਸੀ ਵੀ ਇਹਦੀ ਇਲੈਕਸ਼ਨ ਜਿਹੜੀ ਹੈ ਉਹ ਕਰਵਾ ਲਈ ਜਾਏ, ਪਰ ਕਰੋਨਾ ਕਾਲ ਨੂੰ ਅਤੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੀਆਂ ਹਦਾਇਤਾਂ ਨੂੰ ਮੁੱਖ ਰੱਖਦੇ ਹੋਏ ਅੱਜ ਉਹ ਸਮਾਂ ਜਿਹੜਾ ਆ ਉਹ ਆਇਆ। ਉਹਦੇ ਇਫਜ਼ ਦੇ ਵਿੱਚ ਅੱਜ ਦੀਨਾਨਗਰ ਬ੍ਰਾਹਮਣ ਸਭਾ ਦੀ ਚੋਣ ਲਈ ਸਮੁੱਚੇ ਬ੍ਰਾਹਮਣ ਸਮਾਜ ਦੀ ਮੀਟਿੰਗ ਜਿਹੜੀ ਹੈ ਉਹ ਬ੍ਰਾਹਮਣ ਸਭਾ ਦੀਨਾਨਗਰ ਦੇ ਵਿੱਚ ਰੱਖੀ ਗਈ ਸੀ। ਇਹਦੇ ਲਈ ਕਿਸੇ ਨੇ ਵੀ ਪ੍ਰਧਾਨਗੀ ਦੇ ਲਈ ਆਪਣੀ ਦਾਅਵੇਦਾਰੀ ਜਿਹੜੀ ਹੈ ਉਹ ਪੇਸ਼ ਨਹੀਂ ਕੀਤੀ, ਪਰ ਸਮੁੱਚੇ ਸਮਾਜ ਨੇ ਇਹ ਬੇਨਤੀ ਕੀਤੀ ਕਿ ਸ਼੍ਰੀ ਵਿਜੇ ਸ਼ਰਮਾ ਜੀ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਕਿ ਤੁਸੀਂ ਬ੍ਰਾਹਮਣ ਸਭਾ ਦੀਨਾਨਗਰ ਦੀ ਬਾਗਡੋਰ ਜਿਹੜੀ ਆ ਉਹ ਸੰਭਾਲੋ ਤਾਂ ਕਿ ਸਭਾ ਦਾ ਕੰਮ ਜਿਹੜਾ ਆ ਉਹ ਸੁਚਾਰੂ ਢੰਗ ਨਾਲ ਚੱਲ ਸਕੇ। ਉਹ ਸਮੁੱਚੇ ਸਮਾਜ ਦੀ ਪ੍ਰਤੀ ਬੇਨਤੀ ਅਤੇ ਬੇਨਤੀ ਨੂੰ ਮੁੱਖ ਰੱਖਦੇ ਹੋਏ ਵਿਜੇ ਸ਼ਰਮਾ ਜੀ ਨੇ ਉਹ ਜ਼ਿੰਮੇਵਾਰੀ ਜਿਹੜੀ ਆ ਉਹ ਸਵੀਕਾਰ ਕੀਤੀ ਹੈ ਅਤੇ ਸਭਾ ਨੇ ਸਰਬਸੰਮਤੀ ਦੇ ਨਾਲ ਇਹਨਾਂ ਨੂੰ ਬ੍ਰਾਹਮਣ ਸਭਾ ਦੀਨਾਨਗਰ ਦਾ ਪ੍ਰਧਾਨ ਅਤੇ ਸ਼੍ਰੀ ਡਿੰਪਲ ਖਜੂਰੀਆ ਜੀ ਨੂੰ ਜਨਰਲ ਸਕੱਤਰ ਬ੍ਰਾਹਮਣ ਸਭਾ ਦੀਨਾਨਗਰ ਨੂੰ ਨਿਯੁਕਤ ਕੀਤਾ ਹੈ। ਇਹਦੇ ਲਈ ਮੈਂ ਬ੍ਰਾਹਮਣ ਸਭਾ ਪੰਜਾਬ ਅਤੇ ਬ੍ਰਾਹਮਣ ਸਭਾ ਯੂਥ ਵਿੰਗ ਪੰਜਾਬ ਦੀ ਤਰਫੋਂ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਅਤੇ ਆਪ ਦੇ ਚੈਨਲ ਦੇ ਰਾਹੀਂ ਸਾਡੀ ਸਭਾ ਨੂੰ ਸਾਨੂੰ ਵੇਖ ਰਹੇ ਅਤੇ ਸੁਣ ਰਹੇ ਲੋਕਾਂ ਨੂੰ ਮੈਂ ਇਹ ਦੱਸਣਾ ਚਾਹੁੰਦਾ ਵੀ ਪੰਜਾਬ ਸਰਕਾਰ ਨੇ ਬ੍ਰਾਹਮਣ ਕਲਿਆਣ ਬੋਰਡ ਦੀ ਜਿਹੜੀ ਸਾਡੀ ਪਿਛਲੇ ਲੰਬੇ ਸਮੇਂ ਤੋਂ ਮੰਗ ਸੀ ਉਹ ਪੂਰੀ ਕਰਕੇ ਸ਼੍ਰੀ ਐਡਵੋਕੇਟ ਸ਼ੇਖਰ ਸ਼ੁਕਲਾ ਜੀ ਨੂੰ ਪੰਜਾਬ ਦਾ ਚੇਅਰਮੈਨ ਲਗਾਇਆ। ਉਹਦੇ ਲਈ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਮੁੱਚੀ ਪੰਜਾਬ ਕੈਬਨਿਟ ਦਾ ਮੈਂ ਬ੍ਰਾਹਮਣ ਸਭਾ ਪੰਜਾਬ ਅਤੇ ਬ੍ਰਾਹਮਣ ਸਭਾ ਯੂਥ ਵਿੰਗ ਪੰਜਾਬ ਦੀ ਤਰਫੋਂ ਹਾਰਦਿਕ ਧੰਨਵਾਦ ਕਰਦਾ ਅਤੇ ਇਹ ਵੀ ਆਸ਼ਵਾਸਨ ਦਿਵਾਉਣਾ ਵੀ ਐਡਵੋਕੇਟ ਸ਼ੇਖਰ ਸ਼ੁਕਲਾ ਜੀ ਚੇਅਰਮੈਨ ਬ੍ਰਾਹਮਣ ਕਲਿਆਣ ਬੋਰਡ ਪੰਜਾਬ ਜੋ ਵੀ ਸਾਡੀ ਡਿਊਟੀ ਲਗਾਉਣਗੇ, ਜਿਸ ਤਰ੍ਹਾਂ ਦਾ ਵੀ ਸਾਨੂੰ ਸਮੇਂ ਸਮੇਂ 'ਤੇ ਹੁਕਮ ਸੁਣਾਉਣਗੇ ਉਹ ਹੁਕਮ ਨੂੰ ਇਨ ਬਿਨ ਲਾਗੂ ਕਰਨ ਦੇ ਲਈ ਅਸੀਂ ਜਿਹੜਾ ਆ ਆਪਣਾ ਪੂਰਨ ਯੋਗਦਾਨ ਪਾਵਾਂਗੇ। ਅੰਤ ਦੇ ਵਿੱਚ ਸਾਰੇ ਸਮਾਜ ਦੀ ਤਰਫੋਂ ਸਾਰਿਆਂ ਨੂੰ ਸ਼੍ਰੀ ਵਿਜੇ ਸ਼ਰਮਾ ਜੀ ਦੇ ਦੀਨਾਨਗਰ ਦੇ ਪ੍ਰਧਾਨ ਬਣਨ ਅਤੇ ਸ਼੍ਰੀ ਡਿੰਪਲ ਖਜੂਰੀਆ ਜੀ ਦੇ ਜਨਰਲ ਸਕੱਤਰ ਬਣਨ 'ਤੇ ਇੱਕ ਵਾਰ ਫਿਰ ਮੈਂ ਬਹੁਤ ਬਹੁਤ ਮੁਬਾਰਕਬਾਦ ਦਿੰਦਾ। ਧੰਨਵਾਦ। ਹਾਂਜੀ, ਅੱਜ ਸਰਬਸੰਮਤੀ ਨਾਲ ਬ੍ਰਾਹਮਣ ਸਭਾ ਦੀ ਚੋਣ ਹੋਈ ਹੈ ਅਤੇ ਮੈਨੂੰ ਉਹਨਾਂ ਚੁਣ ਲਿਆ ਸਰਬਸੰਮਤੀ ਨਾਲ। ਮੈਂ ਆਪਣੀ ਸਭਾ ਦਾ, ਦੀਨਾਨਗਰ ਸਭਾ ਦਾ, ਬ੍ਰਾਹਮਣ ਵਰਗਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ। ਔਰ ਜੋ ਵੀ ਸਭਾ ਮੇਰੀ ਡਿਊਟੀ ਲਗਾਏਗੀ, ਕਿਸੇ ਨੂੰ ਕੋਈ ਦੁੱਖ ਤਕਲੀਫ ਆਪਣੀ ਸਭਾ ਦਾ ਜਾਂ ਕਿਸੇ ਵੀ ਭੈਣ ਭਰਾ ਨੂੰ ਹੋਏਗਾ ਤਾਂ ਆਪਾਂ ਨਾਲ ਉਹਦੇ ਖੜ੍ਹੇ ਹਾਂ, ਉਹਨਾਂ ਦਾ ਮਸਲੇ ਹੱਲ ਕਰਾਂਗੇ। ਕਿੰਨਾ ਗਾਂਧਿਆ ਹੋਇਆ, ਬਹੁਤ ਬਹੁਤ ਧੰਨਵਾਦ, ਸ਼ੁਕਰੀਆ। ਨਿਊਜ਼ ਡੈਸਕ ਤੋਂ ਡਾਕਟਰ ਮੇਸ ਰੰਗਲ ਦੀ ਖਾਸ ਰਿਪੋਰਟ।